ਆਉਣ ਵਾਲੀ ਪੰਜਾਬੀ ਫਿਲਮ ਸੰਗਰਾਂਦ ਦਾ ਪਹਿਲਾ ਪੋਸਟਰ ਆਇਆ ਸਾਹਮਣੇ। ਹਾਲ ਹੀ ਦੇ ਵਿੱਚ ਇਸ ਫਿਲਮ ਦੇ ਪੋਸਟਰ ਨੂੰ ਸਾਂਝਾ ਕੀਤਾ ਗਿਆ ਤੇ ਦੱਸ ਦਈਏ ਕਿ ਫਿਲਮ ਦੇ ਮੇਕਰਸ ਦੇ ਵੱਲੋਂ ਤੇ ਫਿਲਮ ਦੀ ਸਟਾਰ ਕਾਸਟ ਦੇ ਵੱਲੋਂ ਇਸ ਫਿਲਮ ਦੇ ਪੋਸਟਰ ਨੂੰ ਕਰ ਦਿੱਤਾ ਗਿਆ ਸਾਂਝਾ। ਦੱਸ ਦਈਏ ਕਿ ਫਿਲਮ ਜਲਦੀ ਹੀ ਰਿਲੀਜ਼ ਹੋ ਜਾਵੇਗੀ ਤੇ ਉੱਥੇ ਹੀ ਹੁਣ ਜਦੋਂ ਫਿਲਮ ਦਾ ਪੋਸਟਰ ਸਾਹਮਣੇ ਆਇਆ ਤੇ ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਕਾਫੀ ਜ਼ਿਆਦਾ ਐਕਸਾਈਟਿਡ ਹੋ ਚੁੱਕੇ ਨੇ। ਉੱਥੇ ਹੀ ਇਸ ਫਿਲਮ ਦੇ ਕ੍ਰੈਡਿਟਸ ਦੀ ਗੱਲ ਕਰੀਏ ਤੇ ਸਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਗੈਵੀ ਚਾਹਲ, ਸ਼ਰਨ ਕੌਰ, ਸਰਦਾਰ ਸੋਹੀ, ਸ਼ਿਵਿੰਦਰ ਮੱਲ, ਯਾਦ ਗਰੇਵਾਲ, ਗੁਰਪ੍ਰੀਤ ਪੰਗੂ, ਗੁਰਮੀਤ ਸਾਜਨ, ਮਹਾਵੀਰ ਭੁੱਲਰ, ਸੰਜੂ ਸੋਲੰਕੀ, ਰੁਪਿੰਦਰ ਰੂਪੀ, ਅਮਨ ਸੂਤਾਰ, ਡੈਵੀ ਸਿੰਘ, ਨੀਤੂ ਪੰਧੇਰ, ਲੱਖਾ ਲਹਿਰੀ, ਸਤਵੰਤ ਕੌਰ ਤੇ ਰਾਜ ਧਾਲੀਵਾਲ। ਯਾਨੀ ਕਿ ਸਾਨੂੰ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ। ਵੈਲ, ਸੰਗਰਾਂਦ ਫਿਲਮ ਦਾ ਕੀ ਕਨਸੈਪਟ ਹੁੰਦਾ ਹੈ, ਕੀ ਕੁਝ ਹੁੰਦਾ ਹੈ ਔਰ ਕਿਸ ਚੀਜ਼ ਦੇ ਰਿਲੇਟਡ ਇਹ ਕਹਾਣੀ ਹੈ, ਸਾਨੂੰ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਫਿਲਹਾਲ ਫਿਲਮ ਦੀ ਟੈਗ ਲਾਈਨ ਇਹ ਕਹਿ ਰਹੀ ਹੈ, ਨਵੀਂ ਰੁੱਤ ਨਵੀਆਂ ਪੈੜਾਂ। ਸੋ ਹੁਣ ਵੇਖਦੇ ਹਾਂ ਕਿ ਕੁਝ ਨਵਾਂ ਕੀ ਹੁੰਦਾ ਇਸ ਫਿਲਮ ਦੇ ਵਿੱਚ। ਫਿਲਮ ਦੇ ਪੋਸਟਰ ਦੇ ਵਿੱਚ ਅਸੀਂ ਗੈਵੀ ਚਾਹਲ, ਸ਼ਰਨ ਕੌਰ, ਸ਼ਿਵਿੰਦਰ ਮੱਲ, ਅਮਨ ਸੂਤਾਰ, ਸਰਦਾਰ ਸੋਹੀ ਤੇ ਯਾਦ ਗਰੇਵਾਲ ਨੂੰ ਵੇਖ ਸਕਦੇ ਹਾਂ। ਇਸ ਪੋਸਟਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ। ਫਿਲਮ ਦੇ ਬਾਕੀ ਕ੍ਰੈਡਿਟਸ ਦੀ ਗੱਲ ਕਰੀਏ ਤੇ ਫਿਲਮ ਦੀ ਕਹਾਣੀ ਨੂੰ ਇੰਦਰ ਨੇ ਲਿਖਿਆ ਤੇ ਦੱਸ ਦਈਏ ਕਿ ਫਿਲਮ ਦੀ ਡਾਇਰੈਕਸ਼ਨ ਦਾ ਕ੍ਰੈਡਿਟ ਵੀ ਇੰਦਰ ਨੂੰ ਹੀ ਜਾਂਦਾ। ਉਹਨਾਂ ਵੱਲੋਂ ਹੀ ਫਿਲਮ ਨੂੰ ਡਾਇਰੈਕਟ ਵੀ ਕੀਤਾ ਗਿਆ। ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਰੀਤੂ ਸਿੰਘ ਚੀਮਾ ਤੇ ਵੀਪੀ ਸਿੰਘ ਦੇ ਵੱਲੋਂ। ਯਾਨੀ ਕਿ ਇਸ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਵਨ ਅਬਵ ਫਿਲਮਸ ਇਨ ਐਸੋਸੀਏਸ਼ਨ ਵਿਦ ਗੈਵੀ ਚਾਹਲ ਫਿਲਮਸ ਐਂਡ IPS ਪ੍ਰੋਡਕਸ਼ਨਸ। ਯਾਨੀ ਕਿ ਫਿਲਮ ਵਨ ਅਬਵ ਫਿਲਮਸ, ਗੈਵੀ ਚਾਹਲ ਫਿਲਮਸ ਐਂਡ IPS ਪ੍ਰੋਡਕਸ਼ਨਸ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਫਿਲਹਾਲ ਕੋਈ ਪਰਟੀਕੁਲਰ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ, ਲੇਕਿਨ ਇੰਨਾ ਜ਼ਰੂਰ ਲਿਖਿਆ ਗਿਆ ਹੈ ਕਮਿੰਗ ਸੂਨ, ਯਾਨੀ ਕਿ ਜਲਦੀ ਹੀ ਇਹ ਫਿਲਮ ਰਿਲੀਜ਼ ਹੋ ਸਕਦੀ ਹੈ। ਹੁਣ ਦੇਖਦੇ ਹਾਂ, ਜਿਵੇਂ ਫਿਲਮ ਦੀ ਰਿਲੀਜ਼ ਡੇਟ ਸਾਹਮਣੇ ਆਉਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿਆਂਗੇ ਦੇਸੀ ਚੈਨਲ ਦੇ ਜ਼ਰੀਏ। ਇਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਵੈਲ, ਇਸ ਫਿਲਮ ਦੇ ਲਈ ਐਕਸਾਈਟਿਡ ਕਿੰਨੇ ਹੋ ਤੇ ਕੀ ਲੱਗ ਰਿਹਾ ਹੈ ਤੁਹਾਨੂੰ ਇਹ ਫਿਲਮ ਕਿਹੜੇ ਜੋਨਰ ਦੀ ਹੋ ਸਕਦੀ ਹੈ, ਇਹ ਵੀ ਦੱਸਣਾ ਬਿਲਕੁਲ ਨਾ ਭੁੱਲਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਦੇ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।